ਨਹੀਂ ਤੈਨੂੰ ਦੇਖ ਕੇ ਜੀ। ਹਾਂਜੀ, ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਇਸ ਵੀਡੀਓ ਵਿੱਚ ਆਪਾਂ ਕਰਨ ਔਜਲਾ ਅਤੇ ਏਪੀ ਢਿੱਲੋਂ ਦੀ ਡਾਕੂਮੈਂਟਰੀ ਬਾਰੇ ਗੱਲ ਕਰਾਂਗੇ ਅਤੇ ਪੂਰੀ ਇਨਫੋਰਮੇਸ਼ਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਤੁਹਾਨੂੰ ਪਤਾ ਹੀ ਹੋਊਗਾ ਕਿ ਅੱਜ ਤੋਂ ਕੁਝ ਟਾਈਮ ਪਹਿਲਾਂ ਹੀ ਏਪੀ ਢਿੱਲੋਂ ਵੱਲੋਂ ਆਪਣੀ ਨਵੀਂ ਆਉਣ ਵਾਲੀ ਡਾਕੂਮੈਂਟਰੀ ਦੀ ਅਨਾਊਂਸਮੈਂਟ ਕੀਤੀ ਗਈ ਸੀ ਅਤੇ ਉੱਥੇ ਹੀ ਅੱਜ ਏਪੀ ਢਿੱਲੋਂ ਵੱਲੋਂ ਇਸ ਡਾਕੂਮੈਂਟਰੀ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸਦਾ ਨਾਮ ਹੈ ਏਪੀ ਢਿੱਲੋਂ ਫਸਟ ਆਫ ਅ ਕਾਇੰਡ। ਅਤੇ ਇਹ ਡਾਕੂਮੈਂਟਰੀ 18 ਅਗਸਤ ਨੂੰ ਐਮਾਜ਼ੋਨ ਪ੍ਰਾਈਮ ਉੱਤੇ ਰਿਲੀਜ਼ ਕੀਤੀ ਜਾਣੀ ਹੈ। ਅਤੇ ਉੱਥੇ ਹੀ ਗੱਲ ਕਰਦੇ ਕਰਨ ਔਜਲਾ ਦੀ ਡਾਕੂਮੈਂਟਰੀ ਬਾਰੇ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਅੱਜ ਹੀ ਕਰਨ ਔਜਲਾ ਦੇ ਟੀਮ ਦੇ ਮੈਂਬਰ ਦੀਪ ਰਿਹਾਨ ਵੱਲੋਂ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਲਿਖਿਆ ਗਿਆ ਹੈ, ਜੇਕਰ ਕਿਸੇ ਦੇ ਸਰੀਰ ਉੱਤੇ ਕਰਨ ਔਜਲਾ ਦਾ ਟੈਟੂ ਜਾਂ ਫਿਰ ਗਾਣੇ ਦੇ ਲਿਰਿਕਸ ਲਿਖੇ ਹੋਏ ਨੇ, ਉਹਨਾਂ ਨੂੰ ਔਜਲੇ ਦੀ ਡਾਕੂਮੈਂਟਰੀ ਵਿੱਚ ਫੀਚਰ ਹੋਣ ਦਾ ਮੌਕਾ ਮਿਲੂਗਾ। ਅਤੇ ਨਾਲ ਹੀ ਥੱਲੇ ਇੱਕ ਮੇਲ ਵੀ ਦਿੱਤੀ ਹੋਈ ਹੈ, ਜਿੱਥੇ ਕਿ ਤੁਸੀਂ ਆਪਣੀਆਂ ਫੋਟੋਜ਼ ਅਤੇ ਵੀਡੀਓ ਸੈਂਡ ਕਰ ਸਕਦੇ ਜੋ। ਅਤੇ ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਔਜਲੇ ਦੀ ਡਾਕੂਮੈਂਟਰੀ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਔਜਲੇ ਦੀ ਜਰਨੀ ਅਤੇ ਲਾਈਫ ਬਾਰੇ ਦਿਖਾਇਆ ਜਾਵੇਗਾ। ਬਾਕੀ ਜਿਨ੍ਹਾਂ ਦੇ ਸਰੀਰ 'ਤੇ ਔਜਲੇ ਦੇ ਰਿਲੇਟਡ ਕੋਈ ਵੀ ਟੈਟੂ ਹੈਗਾ ਹੈ, ਉਹ ਸਕਰੀਨ ਉੱਤੇ ਦਿੱਤੀ ਹੋਈ ਈਮੇਲ 'ਤੇ ਆਪਣੀਆਂ ਵੀਡੀਓਜ਼ ਅਤੇ ਫੋਟੋ ਸੈਂਡ ਕਰ ਸਕਦੇ ਜੋ। ਬਾਕੀ ਕਰਨ ਔਜਲਾ ਵੱਲੋਂ ਬਹੁਤ ਜਲਦੀ ਵਰਲਡ ਟੂਰ ਲਾਇਆ ਜਾਣ ਵਾਲਾ ਹੈ ਅਤੇ ਵੀਡੀਓ ਦਾ ਲਿੰਕ ਦਿੱਤਾ ਹੋਇਆ ਸਕਰੀਨ ਉੱਤੇ ਅਤੇ ਡਿਸਕ੍ਰਿਪਸ਼ਨ ਵਿੱਚ। ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਚੰਗਾ ਜੀ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।